ਜਲੰਧਰ ਵਿੱਚ ਰੁੱਸਿਆਂ ਨੂੰ ਮਨਾਉਣ ਦਾ ਸਿਲਸਿਲਾ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ। ਕਦੇ ਸਾਬਕਾ MP ਸੰਤੋਸ਼ ਚੌਧਰੀ, ਕਦੇ ਮਹਿੰਦਰ ਸਿੰਘ KP ਤੇ ਕਦੇ ਮੌਜੂਦਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਮਨਾਉਣ ਲਈ ਕਾਂਗਰਸੀ ਆਗੂ ਵਹੀਰਾਂ ਕੱਤ ਕੇ ਪਹੁੰਚ ਰਹੇ ਨੇ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਸੰਤੋਸ਼ ਚੌਧਰੀ ਦੀ। 3 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੀ ਕਾਂਗਰਸੀ ਆਗੂ ਸੰਤੋਸ਼ ਚੌਧਰੀ ਦੀ ਆਪਣੀ ਨਾਰਾਜ਼ਗੀ ਦੇ ਨਾਲ ਨਾਲ ਦਲਿਤ ਆਗੂ ਨੂੰ ਅਣਗੋਲਿਆਂ ਕੀਤੇ ਜਾਣ ਦੀ ਦੁਹਾਈ ਵੀ ਦਿੱਤੀ ਜਾ ਰਹੀ ਹੈ। 1992 ਤੇ 1999 ਚ ਫਿਲੌਰ ਲੋਕ ਸਭਾ ਸੀਟ ਅਤੇ ਡੀ ਲਿਮਿਟੇਸ਼ਨ ਦੇ ਬਾਅਦ 2009 ਚ ਹੁਸ਼ਿਆਰਪੁਰ ਤੋਂ ਕਾਂਗਰਸੀ MP ਰਹਿ ਚੁੱਕੇ ਸੰਤੋਸ਼ ਚੌਧਰੀ ਸਫਾਈ ਕਰਮਚਾਰੀਆਂ ਦੇ ਕੌਮੀ ਕਮਿਸ਼ਨ ਦੀ ਮੁਖੀ ਵੀ ਰਹਿ ਚੁੱਕੇ ਨੇ। ਪਰ ਇਸ ਵਾਰ ਰਾਜਕੁਮਾਰ ਚੱਬੇਵਾਲ ਨੂੰ ਟਿਕਟ ਦੇਣ ਦੇ ਮੁੱਦੇ ਤੇ ਸੰਤੋਸ਼ ਚੌਧਰੀ ਦਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ। ਸੰਤੋਸ਼ ਚੌਧਰੀ ਦਾ ਹੁਸ਼ਿਆਰਪੁਰ ਚ ਆਪਣਾ ਇੱਕ ਵੱਖਰਾ ਰੁਤਬਾ ਹੈ। ਨਾਰਾਜ਼ਗੀ ਹਾਰ ਦੀ ਵਜ੍ਹਾ ਨਾ ਬਣ ਜਾਏ ਇਸ ਨੂੰ ਦੇਖਦੇ ਹੋਏ ਸ਼ੁਰੂ ਹੋ ਗਿਆ ਮਨਾਉਣ ਦਾ ਸਿਲਸਿਲਾ। ਸੰਤੋਸ਼ ਚੌਧਰੀ ਨੂੰ ਮਨਾਉਣ ਦੀ ਪੁਰਜ਼ੋਰ ਕੋਸ਼ਿਸ਼ ਜਾਰੀ ਹੈ। ਹੁਣ ਉਹ ਮੰਨਦੇ ਨੇ ਜਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਦੇ ਨੇ ਜਾਂ ਫਿਰ ਪਾਰਟੀ ਉਹਨਾਂ ਨੂੰ ਕਿਸੇ ਹੋਰ ਵਿਕਲਪ ਦੇ ਨਾਲ ਮਨਾਉਂਦੀ ਹੈ। ਇਸ ਤੇ ਅਜੇ ਵੀ ਜ਼ੋਰ ਅਜ਼ਮਾਇਸ਼ ਚੱਲ ਰਹੀ ਹੈ। ਤੇ ਹੁਣ ਗੱਲ ਮਹਿੰਦਰ ਸਿੰਘ KP ਦੀ ਕਰ ਲੈਂਦੇ ਹਾਂ। ਮਹਿੰਦਰ ਸਿੰਘ KP ਕਾਂਗਰਸੀ ਮੈਂਬਰ ਪਾਰਲੀਮੈਂਟ ਵਜੋਂ 2009 ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਅਗਵਾਈ ਕਰ ਚੁੱਕੇ ਨੇ, ਪਰ 2014 ਚ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਵਜੋਂ ਸੀਟ ਗੁਆ ਬੈਠੇ। ਇਸ ਵਾਰ ਫਿਰ ਉਹਨਾਂ ਨੂੰ ਉਮੀਦ ਸੀ ਕਿ ਪਾਰਟੀ ਉਹਨਾਂ ਨੂੰ ਜਲੰਧਰ ਹਲਕੇ ਤੋਂ ਟਿਕਟ ਦੇ ਦੇਵੇਗੀ ਕਿਉਂਕਿ ਇਹ ਉਹਨਾਂ ਦਾ ਜਿੱਤ ਯਕੀਨੀ ਹਲਕਾ ਹੈ, ਪਰ ਅਜਿਹਾ ਨਹੀਂ ਹੋਇਆ। ਸੋ ਨਾਰਾਜ਼ਗੀ ਸਿਖਰ ਤੇ ਪਹੁੰਚ ਗਈ। ਵੈਸੇ KP 2002 ਤੋਂ 2007 ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਜਲੰਧਰ ਪੱਛਮੀ ਹਲਕੇ ਤੋਂ ਵਿਧਾਇਕ ਦੇ ਬਾਅਦ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ। KP ਨੇ ਇਸ ਫੈਸਲੇ ਨੂੰ ਆਪਣਾ ਰਾਜਨੀਤਿਕ ਕਤਲ ਤੱਕ ਕਰਾਰ ਦਿੱਤਾ ਹੈ। ਰੁੱਸੇ ਨੂੰ ਮਨਾਉਣ ਵਾਲਿਆਂ ਦੀ ਇੱਥੇ ਵੀ ਕਤਾਰ ਲੱਗੀ ਹੋਈ ਹੈ। KP ਜਿਸ ਤਰ੍ਹਾਂ ਦੇ ਬਿਆਨ ਦਾਗ ਰਹੇ ਨੇ ਉਸ ਤੋਂ ਕਾਂਗਰਸ ਨੂੰ ਆਪਣੇ ਉਮੀਦਵਾਰ ਦੇ ਹਾਰਨ ਦੀ ਵੀ ਚਿੰਤਾ ਹੈ। ਸੋ ਮਨਾਉਣ ਵਾਲੇ ਲਗਾਤਾਰ ਪਹੁੰਚ ਰਹੇ ਨੇ। ਮਹਿੰਦਰ ਸਿੰਘ KP ਦਾ ਕਹਿਣਾ ਹੈ ਕਿ ਉਹਨਾਂ ਦਾ ਸਿਆਸੀ ਕਤਲ ਕਰ ਦਿੱਤਾ ਗਿਆ, ਯਾਨੀ ਨਾਰਾਜ਼ਗੀ ਇੰਨੀ ਜ਼ਿਆਦਾ ਹੈ ਕਿ ਉਹਨਾਂ ਨੂੰ ਮਨਾਉਣ ਵਾਲਿਆਂ ਦੀ ਵੀ ਪੇਸ਼ ਨਹੀਂ ਜਾ ਰਹੀ। ਕਿਆ ਸਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਆਜ਼ਾਦ ਉਮੀਦਵਾਰ ਦੇ ਨਾਲ ਨਾਲ ਉਹ BJP ਵੱਲੋਂ ਹੁਸ਼ਿਆਰਪੁਰ ਦੀ ਸੀਟ ਤੇ ਵੀ ਉਮੀਦਵਾਰ ਐਲਾਨੇ ਜਾ ਸਕਦੇ ਨੇ। ਤੀਜੇ ਨਾਰਾਜ਼ ਆਗੂ ਜੋ ਬਾਗੀ ਤਾਂ ਬਣੇ ਸਨ ਹਵਾਦਾਰ ਰੁੱਖ ਦੇਖ ਕੇ, ਪਰ ਛੇਤੀ ਹੀ ਇਸ ਕਰਕੇ ਬੈਠ ਗਏ ਕਿਉਂਕਿ ਇਸੇ ਵਾਰ ਕੌਂਸਲਰ ਤੋਂ MLA ਤੇ ਹੁਣ MLA ਤੋਂ MP ਬਣਨ ਦੀ ਫਿਰਾਕ ਵਿੱਚ ਸਨ, ਜੋ ਉੱਪਰਲੀਆਂ ਸੋਚ ਸਟੇਜਾਂ ਤੇ ਸ਼ਾਇਦ ਕਬੂਲ ਨਹੀਂ ਹੋਇਆ। ਅਜੇ ਕਿ ਪ੍ਰੋਫਾਈਲ ਦੇਖਦੇ ਹੋਏ ਉਹਨਾਂ ਨੂੰ ਬਾਗੀ ਜਾਂ ਨਾਰਾਜ਼ ਹੋਣ ਦਾ ਕੋਈ ਪੁਖਤਾ ਦਾਅਵੇਦਾਰ ਵੀ ਨਹੀਂ ਮੰਨਿਆ ਜਾ ਸਕਦਾ, ਪਰ MP ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰਨ ਦਾ ਸ਼ਗੂਫਾ ਛੱਡ ਕੇ ਚਰਚਾ ਵਿੱਚ ਜ਼ਰੂਰ ਆਵੇ ਅਤੇ ਸ਼ਾਇਦ ਇਸੇ ਲਈ ਰਾਣਾ ਗੁਰਜੀਤ ਸਿੰਘ ਦੀ ਇੱਕ ਘੁਰਕੀ ਦੇ ਬਾਅਦ ਹੀ ਸ਼ਾਂਤ ਹੋ ਗਈ। ਗੱਲ ਤੁਹਾਡੇ ਸਮਝਣ ਦੀ ਹੈ, ਹੋਣਾ ਉਹ ਜੋ ਤੁਸੀਂ ਕਹੋਗੇ, ਲੇਕਿਨ ਫਿਰ ਵੀ ਮੈਂ ਇਹ ਚਾਹਾਂਗਾ ਕਿ ਅਗਰ ਆਪਾਂ ਜਿਹੜੇ ਸੀਨੀਅਰ ਕਹਿ ਲਓ ਜਾਂ ਇਲੈਕਟਿਡ ਮੈਂਬਰ ਕਹਿ ਲਓ, ਰਿੰਕੂ ਜੀ ਦਾ ਇਹਦੇ 'ਚ ਕੋਈ ਮਤਲਬ ਨਹੀਂ ਹੈ। ਮੈਂ ਤੁਹਾਡੇ ਨਾਲ 5 ਮਿੰਟ ਬਹਿ ਕੇ ਗੱਲ ਕਰਨੀ ਚਾਹੁੰਦਾ, ਇਹ ਠੀਕ ਹੈ ਜਾਂ ਖੁੱਲ੍ਹੇਆਮ ਗੱਲ ਕਰੀਏ? ਕੋਈ ਖੁੱਲ੍ਹੇਆਮ ਦਾ ਫਾਇਦਾ ਨਹੀਂ ਹੁੰਦਾ। ਨਹੀਂ ਚਾਚਾ, ਆਹ ਦੇਖੋ ਇਹ ਚਾਚੇ ਜਿਹੜੇ ਆ ਕੈਮਰੇ ਵਾਲੇ ਕਿੱਥੋਂ ਕਿੱਥੇ ਕੀ ਕਰਦੇ ਨਾ, ਕਈ ਦਿਮਾਗ ਉਹ ਪਰਦੇ 'ਚ ਹੋਣੇ ਚਾਹੀਦੇ ਆ। ਸੋ ਕਰੋ ਬੰਦੋਬਸਤ ਅੰਦਰ ਜਾਣ ਦਾ, ਆਪਾਂ 5-10 ਮਿੰਟ ਨਹੀਂ ਕੌਂਸਲਰ ਸਾਹਿਬਾਨ, ਕਿਉਂਕਿ ਉੱਦਾਂ ਸਿਲੈਕਟ ਕਰਨਾ ਤਾਂ ਬੜਾ ਔਖਾ ਹੋ ਜਾਂਦਾ। ਇਹਨਾਂ ਨੂੰ ਬਹੁਤ ਬਹੁਤ ਸੀਨੀਅਰ ਕੌਂਸਲਰਸ ਨਾਲ ਵੀ ਹੋਣਗੇ, ਲੇਕਿਨ ਵੀ ਹੈਵ ਟੂ ਡਰਾ ਲਾਈਨ, ਹਾਂ ਜਿੱਤੇ ਡਿਫੀਟਡ ਜਾ ਰਹੇ ਹਾਂ।
ਜੋ ਵੀ ਹੋਵੇ, ਕਾਂਗਰਸ ਲਈ ਆਪਣੀ ਹਕੂਮਤ ਹੋਣ ਕਰਕੇ ਦਾਅਵੇਦਾਰਾਂ ਦੀ ਲੰਮੀ ਫਹਿਰਿਸਤ ਮੁਸੀਬਤ ਬਣ ਰਹੀ ਹੈ ਅਤੇ ਇਹ ਮੁਸੀਬਤ ਦੀ ਝੱਗ ਜਿੰਨੀ ਮਰਜ਼ੀ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਵੇ ਬੁਲਬਲੇ ਰਹਿ ਹੀ ਜਾਣਗੇ। ਜਲੰਧਰ ਤੋਂ ਡੇਲੀ ਪੋਸਟ ਪੰਜਾਬੀ ਲਈ ਪਰਮਜੀਤ ਸਿੰਘ ਰਾਮਪੁਰੀ ਦੀ ਰਿਪੋਰਟ। ਜੇ ਤੁਹਾਡੇ ਆਇਲਸ ਵਿੱਚ 6 ਇੰਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।